ਦੋਸੋਂ ਵਿਦਿਆ ਜਾਂ ਸਿੱਖਿਆ ਮਨੁੱਖ ਨੂੰ ਮਿਲੀ ਅਜਹੀ ਦਾਤ ਹੈ ਜੋ ਮਨੁੱਖ ਦੇ ਕੋਲ ਹਮੇਸ਼ਾ ਰਹਿੰਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਵਿਦਿਆ ਪ੍ਰਾਪਤੀ ਦੇ ਮੰਦਰਾਂ ਦੀ ਨੁਹਾਰ ਜਿਹੜੀ ਆ ਉਹ ਬਦਲ ਗਈ ਹੈ ਸਿੱਖਿਆ ਦੇ ਵਿੱਚ ਵਪਾਰੀਕਰਨ ਹੋ ਰਿਹਾ ਹੈ ਜਿਹੜਾ ਆਮ ਬੰਦੇ ਦੀ ਪਹੁੰਚ ਤੋਂ ਕਾਫੀ ਦੂਰ ਹੈ ਗਰੀਬੀ ਦੇ ਕਾਰਨ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਸਿੱਖਿਆ ਤੋਂ ਵਿਦਿਆ ਤੋਂ ਵਾਂਝੇ ਰਹਿ ਜਾਂਦੇ ਨੇ ਪਰ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਕੁਝ ਲੋਕ ਅਜੇ ਵੀ ਨੇ ਜੋ ਆਪਣੀ ਕਿਰਤ ਕਮਾਈ ਇਹਨਾਂ ਬੱਚਿਆਂ ਦਾ ਭਵਿੱਖ ਬਣਾਉਣ ਦੇ ਲਈ ਖਰਚ ਕਰ ਰਹੇ ਨੇ। ਬੱਚਿਆਂ ਦੇ ਲਈ ਬਿਲਕੁਲ ਫ੍ਰੀ ਸਕੂਲ ਖੋਲੇ ਜਾ ਰਹੇ ਨੇ। ਇਹ ਭਲੇ ਪੁਰਸ਼ ਉਦਾਸ ਅੱਖਾਂ ਦੇ ਵਿੱਚ ਚਮਕ ਪੈਦਾ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਮੈਂ ਗੱਲ ਕਰ ਰਹੀਆਂ ਜਲੰਧਰ ਦੇ ਵਿੱਚ ਕਵਰ ਸਤਨਾਮ ਸਿੰਘ ਖਾਲਸਾ ਸਕੂਲ ਦੀ। ਜਿਹੜੇ ਕਿ ਬੱਚਿਆਂ ਨੂੰ ਫ੍ਰੀ ਦੇ ਵਿੱਚ ਪੜਾ ਰਹੇ ਨੇ ਤੇ ਅੱਜ ਸਾਡੇ ਨਾਲ ਇਸ ਸਕੂਲ ਦੇ ਪ੍ਰੈਜ਼ੀਡੈਂਟ ਨੇ ਸਰਦਾਰ ਪਰਮਿੰਦਰਪਾਲ ਸਿੰਘ ਖਾਲਸਾ ਤੇ ਆ ਉਹ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਮੈਂ ਜੇ ਗੱਲ ਕਰਾਂ ਕਵਰ ਸਤਨਾਮ ਸਿੰਘ ਖਾਲਸਾ ਸਕੂਲ ਦੀ ਤੇ ਇਸ ਦੇ ਵਿੱਚ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਸਿੱਖਿਆ ਜਿਹੜੀ ਆ ਉਹ ਦੇ ਰਹੇ ਹੋ ਪਲੀਜ਼ ਇਸ ਦੀ ਜਾਣਕਾਰੀ ਜਰਾ ਵਿਸਥਾਰ ਦੇ ਨਾਲ ਦਿਓ ਦੇਖੋ ਜੀ ਇਹ ਸਕੂਲ ਜਿਹੜਾ ਹੈ ਕਵਰ ਸਤਨਾਮ ਸਿੰਘ ਖਾਲਸਾ ਸਕੂਲ ਜਿਹੜਾ ਕਿ ਪਹਿਲੀ ਤੋਂ ਲੈ ਕੇ 10ਵੀਂ ਤੱਕ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ ਮਾਡਲ ਹਾਊਸ ਰੋਡ ਦੇ ਉੱਤੇ ਬਸਤੀ ਸ਼ੇਖ ਵਿੱਚ ਸਥਿਤ ਹੈ ਐਂਦੀ ਜਗ੍ਹਾ ਜਿਹੜੀ ਸਾਨੂੰ ਦਿੱਤੀ ਸਰਦਾਰ ਰੋਸ਼ਨ ਸਿੰਘ ਸਵਰਗੀਆ ਜਿਹੜੇ ਪੈਟਰੋਲ ਪੰਪ ਵਾਲੇ ਸਨ ਉਹਨਾਂ ਨੇ ਜਗ੍ਹਾ ਦਿੱਤੀ ਤੇ ਬਿਲਡਿੰਗ ਜਿਹੜੀ ਏ ਉਹਦੇ ਵਿੱਚ ਬਣੀ ਹੋਈ ਸੀ ਹੁਣ ਬਿਲਡਿੰਗ ਜਿਹੜੀ ਏ ਕਾਫੀ ਪੁਰਾਣੀ ਹੋ ਚੁੱਕੀ ਏ ਭਾਵੇਂ ਲੇਕਿਨ ਉਹਨਾਂ ਨੇ ਇੱਕ ਬੜਾ ਵਧੀਆ ਕੰਮ ਕੀਤਾ ਸਕੂਲ ਵਾਸਤੇ ਜਿਹੜੀ ਜਗ੍ਹਾ ਦਿੱਤੀ ਔਰ ਸਾਡੇ ਨਾਲ ਸਹਿਯੋਗ ਦੇਣ ਵਾਸਤੇ ਸੰਗਤਾਂ ਦੀਆਂ ਅਸੀਸਾਂ ਔਰ ਸੰਗਤਾਂ ਵੀ ਸਹਿਯੋਗ ਕਰਦੀਆਂ ਨੇ ਵਿੱਚ ਕੁਝ ਟਰਸਟੀ ਵੀ ਨੇ ਜਿਹੜੇ ਕਿ ਬੜੇ ਵਧੀਆ ਗੁਰਸਿੱਖ ਬੰਦੇ ਨੇ ਸਰਦਾਰ ਮੋਹਨ ਸਿੰਘ ਸੈਗਲ ਜਿਹੜੇ ਨੇ ਉਹ ਨਾਲ ਸਾਡੇ ਚੇਅਰਮੈਨ ਨੇ ਜਿਹੜੀ ਕਿ ਸਕੂਲ ਦੀ ਬੜੀ ਵੱਡੀ ਸੇਵਾ ਕਰਦੇ ਨੇ ਉਹਨਾਂ ਤੋਂ ਇਲਾਵਾ ਹੋਰ ਵੀ ਟਰਸਟੀ ਸਹਿਬਾਨ ਜਿਹੜੇ ਨੇ ਸਰਦਾਰ ਰਾਜਾ ਸਿੰਘ ਜਾਂ ਹੋਰ ਬਹੁਤ ਸੇਵਾ ਜੜੀ ਹੈ ਉਹਦੇ ਵਿੱਚ ਸਾਰੀ ਕਰਦੇ ਨੇ ਨਾਲ ਉਹਦੀ ਜਿਹੜੀ ਸਕੂਲ ਦੀ ਮੇਨ ਗੱਲ ਹੈ ਵੇ ਇਹ ਸਕੂਲ ਜਿਹੜਾ ਕੁਝ ਟਾਈਮ ਦੇ ਵਿੱਚ ਹੀ ਜਿਹੜਾ ਹੈ ਕਾਫੀ ਟਾਈਮ ਹੋ ਗਿਆ ਵੈਸੇ ਇਹਨੂੰ ਚਲਦਿਆਂ ਲੇਕਿਨ ਕੁਝ ਟਾਈਮ ਵਿੱਚ ਜਿੰਨ ਦੀ ਜਿਹੜੀ ਨਾਲ ਜਿਉਂ-ਜਿਉਂ ਬੱਚਿਆਂ ਦਾ ਲੋਕਾਂ ਦਾ ਧਿਆਨ ਹੋਇਆ ਵੀ ਬੱਚਿਆਂ ਨੂੰ ਐਜੂਕੇਟ ਕਰੀਏ ਜ਼ੀਰੋ ਫੀਸ ਸਕੂਲ ਦੇ ਨਾਲ ਆਉਣੇ ਜਾਣਿਆ ਜਾਂਦਾ ਹੈ ਕਿਸੇ ਕੋਲ ਵੀ ਪੁੱਛੋ ਵੀ ਜ਼ੀਰੋ ਫੀਸ ਸਕੂਲ ਜਿਹੜੀ ਹੈ ਉਹ ਕਹਿੰਦੇ ਨੇ ਵੀ ਇਹ ਜ਼ੀਰੋ ਫੀਸ ਸਕੂਲ ਕਵਰ ਸਤਰਾਮ ਸਿੰਘ ਖਾਲਸਾ ਸਕੂਲ ਹੈ ਇੱਥੇ ਟੋਟਲ ਦੀ ਟੋਟਲ ਜਿਹੜੀ ਹੈ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ ਕੋਈ ਵੀ ਉਹਦੇ ਵਿੱਚ ਐਡਮਿਸ਼ਨ ਫੀਸ ਨਹੀਂ ਹੈਗੀ ਕੋਈ ਮਹੀਨੇ ਦੀ ਫੀਸ ਨਹੀਂ ਔਰ ਜਿਹੜਾ ਵਰਦੀਆਂ ਵੀ ਸਕੂਲ ਦੀਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਚੁੰਨੀਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਔਰ ਜਿਹੜੇ ਨੌਜਵਾਨ ਸਿੱਖ ਨੇ ਉਹਨਾਂ ਨੂੰ ਦਸਤਾਰਾਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਔਰ ਜਿਹੜਾ ਉਸ ਤੋਂ ਇਲਾਵਾ ਕਿਤਾਬਾਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਨੇ ਔਰ ਵੱਡੀ ਗੱਲ ਹੈ ਇੱਕ ਗੁਰਦੁਆਰਾ ਸਾਹਿਬ ਵੀ ਵਿੱਚ ਹੈਗਾ ਪਹਿਲੇ ਬੱਚੇ ਮੱਥਾ ਟੇਕਦੇ ਨੇ ਔਰ ਇੱਕ ਗੁਰਮਤ ਦੀ ਕਲਾਸ ਵੀ ਜਿਹੜੀ ਲਾਜ਼ਮੀ ਹੈ ਉੱਥੇ ਲਗਾਈ ਜਾਂਦੀ ਹੈ ਔਰ ਜਿਹੜਾ ਸਕੂਲ ਦਾ ਸਟਾਫ ਹੈ ਵੈਲ ਐਜੂਕੇਟ ਹੈ ਐਮਏ ਤੇ ਬੀਐਡ 12 ਸਕੂਲ ਦੇ ਜਿਹੜੇ ਉੰਦੇ ਜਿਹੜੇ ਨੇ ਟੀਚਰ ਨੇ ਪ੍ਰਿੰਸੀਪਲ ਨੇ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਸਕੂਲ ਦੀ ਜਿਹੜੀ ਹੈ ਉਹ ਇਹ ਵੇ ਬਈ ਇਹਦੇ ਵਿੱਚ ਸਾਰੇ ਜਿਹੜੇ ਨੇ ਲੋਕ ਸਾਨੂੰ ਜਿਹੜੇ ਵਿੱਚ ਸਹਿਯੋਗ ਦੇ ਰਹੇ ਨੇ ਔਰ ਜ਼ੀਰੋ ਫੀਸ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਉਹਨਦੇ ਵਿੱਚ ਸਾਨੂੰ ਕਈ ਹੋਰ ਵੀ ਪਾਸੋਂ ਜਿਹੜੀ ਇਹ ਆਫਰਸ ਆ ਰਹੀਆਂ ਨੇ ਜਿਵੇਂ ਰੋਟਰੀ ਕਲੱਬ ਨੇ ਪਿੱਛੇ ਕੰਪਿਊਟਰਸ ਹੰ ਦਿੱਤੇ ਫੈਨਸ ਦਿੱਤੇ ਫ੍ਰੀ ਹੁਣ ਕਿਸੇ ਨੇ ਪੇਂਟ ਦਾ ਕੰਮ ਉੱਥੇ ਹੋਣਾ ਸੀ ਕਿਉਂਕਿ ਦਿਨ ਬਦਿਨ ਜਿਹੜੀ ਇਹ ਬਿਲਡਿੰਗ ਦੀ ਜਿਹੜੀ ਜਿਹੜੀ ਹਾਲਤ ਖਰਾਬ ਹੋ ਰਹੀ ਹੈ ਕਿਉਂਕਿ ਕਾਫੀ ਪੁਰਾਣੀ ਬਿਲਡਿੰਗ ਹੈ ਔਰ ਪਿੱਛੇ ਹੁਣ ਪਲੇਗਰਾਉਂਡ ਹੁੰਦੀ ਬਣਾਈ ਗਈ ਹੈ ਉਹਨਦੇ ਵਿੱਚ ਸਾਨੂੰ ਕਿਸੇ ਨੇ ਅੰਮ੍ਰਿਤਸਰ ਦੇ ਕੋਈ ਸੱਜਣ ਸੰ ਸਾਨੂੰ ਫੋਨ ਆਇਆ ਉਦੋਂ ਕੈਨੇਡਾ ਤੋਂ ਵੀ ਤੁਸੀਂ ਉਹਨਾਂ ਨਾਲ رابطہ ਕਰੋ ਤੇ ਉਹ ਜਿਹੜੇ ਨੇ ਡੋਨੇਸ਼ਨ ਦੇਣਾ ਚਾਹੁੰਦੇ ਨੇ ਬੱਚਿਆਂ ਦੀਆਂ ਜਿਹੜੇ ਝੂਲੇ ਵਗੈਰਾ ਨੇ ਜਾਂ ਅੰਦਰ ਦੇ ਇਨਡੋਰ ਜਿਹੜੇ ਗੇਮਸ ਨੇ ਕੈਰਮ ਬੋਰਡ ਜਾਂ ਕੁਝ ਸੋ ਸਾਰਿਆਂ ਦਾ ਮੈਂ ਸਮਝਦਾ ਕਿ ਬਹੁਤ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ ਹੈ ਔਰ ਇਹ ਜਿਹੜਾ ਸਕੂਲ ਜ਼ੀਰੋ ਫੀਸ ਚੱਲ ਰਿਹਾ ਹੈ ਕਿਉਂਕਿ ਐਜੂਕੇਸ਼ਨ ਜਿਹੜੀ ਹੈ ਅੱਜ ਅਸੀਂ ਕਿਸੇ ਨੂੰ ਦਿੰਨੇ ਆ ਉਹਨਾਂ ਦਾ ਸਮਝੋ ਅਸੀਂ ਭਵਿੱਖ ਬਣਾ ਦਿੰਨੇ ਆ ਔਰ ਉਹਨਾਂ ਅਸੀਂ ਸੈਲਫ ਡਿਪੈਂਡੈਂਟ ਬਣਾ ਦਿੰਨੇ ਆ ਬੱਚੇ ਨੂੰ ਜੀ ਖਾਲਸਾ ਜੀ ਮੇਰਾ ਇੱਕ ਸਵਾਲ ਜਿਹੜਾ ਹੈ ਕਿ ਆਮ ਖਾਸ ਕਰਕੇ ਇੱਕ ਕਲੀ ਪੰਜਾਬ ਦੀ ਮੈਂ ਗੱਲ ਨਹੀਂ ਕਰਦੀ ਭਾਰਤ ਦੇ ਹਰ ਇੱਕ ਖੇਤੇ ਦੇ ਵਿੱਚ ਹੀ ਹਨਾ ਇੱਕ ਜਾਤ ਦਾ ਰੰਗ ਦਿੱਤਾ ਜਾਂਦਾ ਹੈ ਜਾਤ ਪਾਤ ਦਾ ਕਿ ਫਲਾਣਾ ਸਿੱਖ ਹੈ ਦੂਸਰਾ ਮੁਸਲਮਾਨ ਹੈ ਤੀਸਰਾ ਸਾਈ ਹੈ ਕਿਤੇ ਇਸ ਸਕੂਲ ਦੇ ਵਿੱਚ ਐਵੇਂ ਦੀ ਕੋਈ ਗੱਲ ਤਾਂ ਨਹੀਂ ਹੈਗੀ ਕਿ ਸਿਰਫ ਸਿੱਖਾਂ ਦੇ ਬੱਚੇ ਹੀ ਜਿਹੜੇ ਗਰੀਬ ਨੇ ਉਹ ਪੜਨਗੇ ਜਾਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਿਰਫ ਇੱਥੇ ਮਨੁੱਖਤਾ ਦਾ ਜਿਹੜਾ ਹੈ ਜੋ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਨਾ ਸਾਡੇ ਸਿੱਖਾਂ ਦੀ ਜੋ ਅਰਦਾਸ ਹੁੰਦੀ ਏ ਅਖੀਰੇ ਭਾਵੇਂ ਖੁਸ਼ੀ ਦੀ ਹੋਵੇ ਗਮੀ ਦੀ ਹੋਵੇ ਅਖੀਰੇ ਚ ਕਿਹਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਨੂੰ ਲੈ ਕੇ ਜੜਾ ਸਕੂਲ ਚੱਲ ਰਿਹਾ ਔਰ ਕੋਈ ਅੰਦਾਈ ਪਾਰਸ਼ੀਅਲਟੀ ਨਹੀਂ ਹੈਗੀ ਭਈ ਫਲਾਣਾ ਕੋਣ ਹੈ ਜਾਂ ਫਲਾਣਾ ਕੋਣ ਹੈ ਹਰ ਇੱਕ ਨੂੰ ਜੜਾ ਇਹ ਮੌਕਾ ਦਿੱਤਾ ਜਾਂਦਾ ਕਵਰ ਸਤਨਾਮ ਸਿੰਘ ਖਾਲਸਾ ਸਕੂਲ ਦੀ ਸ਼ੁਰੂਆਤ ਜਿਹੜੀ ਆ ਉਹ ਕੀ ਬਿਨਾ ਫੀਸ ਤੋਂ ਕੀ ਕੁਝ ਵੀ ਵਰਦੀ ਫੀਸ ਕੁਝ ਸਾਰਾ ਕੁਝ ਸਕੂਲ ਪ੍ਰੋਵਾਈਡ ਜਿਦਾਉ ਕਰੇਗਾ ਫੀਸ ਤੋਂ ਸ਼ੁਰੂਆਤ ਹੋਈ ਹੈ ਅ ਜਿਵੇਂ ਕਿ ਤੁਸੀਂ ਦੱਸਿਆ ਕਿ 150 ਦੇ ਕਰੀਬ ਬੱਚੇ ਹੋ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸੰਭਾਵਨਾਵਾਂ ਹੈਗੀਆਂ ਨੇ ਕਿ ਕੋਈ ਸੋਚ ਬਦਲੇਗੀ ਤਾਂ ਨਹੀਂ ਕਿ ਜਿਹੜਾ ਇੱਕ ਮਾੜਾ ਪਰਿਵਾਰ ਹੈ ਉਹ ਇਹ ਗੱਲ ਸੋਚ ਕੇ ਚੱਲੇ ਕਿ ਕਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਵਿੱਚ ਸਾਡਾ ਭਵਿੱਖ ਜਿਹੜਾ ਉਹ ਬਿਲਕੁਲ ਸਹੀ ਹੈ ਸਾਡੇ ਬੱਚਾਂ ਦਾ ਦੇਖੋ ਅਸੀਂ ਇਹਦੇ ਵਿੱਚ ਬਿਲਕੁਲ ਜਿਹੜੀ ਜਿਹੜੀ ਗੱਲ ਕਹਾਂਗੇ ਫ੍ਰੀ ਐਜੂਕੇਸ਼ਨ ਦਾ ਨਾਲ ਚੱਲ ਰਿਹਾ ਔਰ ਫ੍ਰੀ ਜਿਹੜਾ 0 ਫੀਸ ਹੀ ਚੱਲੇਗਾ ਸਾਡਾ ਟੀਚਰ ਆਗੋਂ ਅਗਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰਗਤਾਂ ਨੇ ਸਹਿਯੋਗ ਦਿੱਤਾ ਔਰ ਉਹਨਾਂ ਦੀਆਂ ਅਸੀਸਾਂ ਸਦਕੇ ਸਾਡਾ ਟਾਰਗੇਟ ਏ ਵੀ ਅਸੀਂ ਬੱਚਾ 250 ਦੇ ਕਰੀਬ ਸਾਲ 2 ਸਾਲਾਂ ਹੀ ਲਾ ਜਾਵਾਂਗੇ ਤਾਂ ਕਿ ਸਾਰਿਆਂ ਦਾ ਲਾਭ ਲੈ ਸਕਣ ਮੇਨ ਹੈ ਗੱਲ ਹਾਂਜੀ ਬਿਲਕੁਲ ਬਿਲਕੁਲ ਤੇ ਇਸ ਆਪਣੀ ਟੀਚਿੰਗ ਨੂੰ ਅੱਗੇ ਵਧਾਉਣ ਦੇ ਲਈ ਜਾਂ ਕਵਰ ਸਦਨਾਥ ਸਿੰਘ ਖਾਲਸਾ ਸਕੂਲ ਦੇ ਵਿੱਚ ਬੱਚਿਆਂ ਰੂਪੀ ਜਿਹੜੀ رونਕ ਹੈ ਉਹਨੂੰ ਵਧਾਉਣ ਦੇ ਲਈ ਤੁਸੀਂ ਕਿੱਥੇ ਕਿੱਥੇ ਪਹੁੰਚ ਜਿਹੜੀ ਆ ਉਹ ਕਰ ਰਹੇ ਹੋ ਜਾਂ ਕਿੰਨਾ ਕਿੰਨਾ ਨੂੰ ਨਾਲ ਜੋੜੋਗੇ ਜਾਂ ਸਾਡੇ ਸੁਨਨ ਵਾਲਿਆਂ ਨੂੰ ਤੁਸੀਂ ਕੀ ਸਨੇਹਾ ਦੇਵੋਗੇ ਕਿ ਉਹ ਇਸ ਭਲੇ ਕੰਮ ਦੇ ਵਿੱਚ ਭਾਗੀਦਾਰ ਬਣ ਦੇਖੋ ਮੈਂ ਗੱਲ ਸੰਗਤਾਂ ਨੂੰ ਕਹਿਣਾ ਚਾਹਾਂਗਾ ਵੀ ਕੋਈ ਵੀ ਕੌਮ ਹੋਵੇ ਜਾਂ ਕੋਈ ਵੀ ਸਮਾਜ ਹੋਵੇ ਉਹ ਜਿਹੜਾ ਸਾਰਾ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਅੱਗੇ ਵਧਦਾ ਔਰ ਜਿਹੜਾ ਜਿਹੜੀਆਂ ਕੌਮਾਂ ਗਿਆਨ ਪੱਖੋਂ ਔਰ ਵਿਦਿਆ ਪੱਖੋਂ ਮਜ਼ਬੂਤ ਹੁੰਦੀਆਂ ਨੇ ਉਹੀ ਜਿਹੜੀਆਂ ਨੇ ਕੌਮਾਂ ਰਾਈਜ਼ ਕਰ ਸਕਦੀਆਂ ਨੇ ਉਹੀ ਚੜਦੀ ਕਲਾਈ ਜਾ ਸਕਦੀਆਂ ਨੇ ਸੋ ਬੱਚੇ ਜਿਹੜੇ ਨੇ ਸਾਡੀਆਂ ਨੀਆਂ ਨੇ ਆਪਾਂ ਆਪਣੀਆਂ ਨੀਆਂ ਨੂੰ ਮਜ਼ਬੂਤ ਕਰਨਾ ਹੈ ਔਰ ਸਾਨੂੰ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਓ ਔਰ ਆਪਣਾ ਜਿਹੜਾ ਦਸਵੰਦ ਏ ਉਹ ਤੁਸੀਂ ਇੱਥੇ ਬੱਚਿਆਂ ਦੀ ਐਜੂਕੇਸ਼ਨ ਤੇ ਲਗਾਓ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਨਾ ਗੁਰਦੁਆਰਾ ਸਾਹਿਬ ਵਿੱਚ ਬੜਾ ਸੋਨਾ ਚੜਾਤਾ ਹੈ ਬੜਾ ਸੋਨੇ ਨਾਲ ਮੜਤੇ ਗੁਰਦੁਆਰੇ ਪੱਥਰ ਵੀ ਬੜੇ ਲਗਾਉਂਦੇ ਨੇ ਔਰ ਨਗਰ ਕੀਰਤਨਾਵ ਦੇ ਵਿੱਚ ਅਸੀਂ ਪਿੱਛੇ ਨਗਰ ਕੀਰਤਨ ਸੀ ਉਹਦੇ ਚ ਅਸੀਂ ਸਾਰੇ ਵਿੱਚ ਜਿਹੜੇ ਮੇਰੇ ਨਾਲ ਸਾਥੀ ਸਨ ਉਹਨਾਂ ਨੇ ਹੱਥੀ ਤਖਤੀਆਂ ਫੜੀਆਂ ਹੋਈਆਂ ਸਨ ਔਰ ਉਹਦੇ ਲਿਖਿਆ ਹੋਇਆ ਸੀ ਭਈ ਇੱਕ ਹੋਰ ਜਿਹੜਾ ਸਟਾਲ ਲਗਾਉਣ ਨਾਲ ਨਗਰ ਕੀਰਤਨ ਦੇ ਵਿੱਚ ਤੁਸੀਂ ਕਿਸੇ ਬੱਚੇ ਨੂੰ ਵਿਦਿਆ ਜਿਹੜੀ ਹੈ ਫ੍ਰੀ ਦੇ ਦਿਓ ਉਹਦੀ ਤੁਸੀਂ ਲਾਈਵ ਬਣਾ ਦਿਓਗੇ ਸੋ ਆਪਾਂ ਜਿਹੜਾ ਗੁਰੂ ਸਾਹਿਬ ਨੇ ਜਿਹੜੇ ਲੰਗਰ ਚਲਾਏ ਸਨ ਬੜੇ ਸਾਦੇ ਚਲਾਏ ਸਨ ਇਹ ਲੰਗਰਾਂ ਜਿਹੜਾ ਬੜੀ ਪਰਥਾ ਗੁਰੂਆਂ ਦੀ ਚਲਾਈ ਪਰਥਾ ਲੇਕਿਨ ਉਹਦੇ ਕੀ ਹੁੰਦਾ ਸੀ ਫੁਲਕਾ ਹੁੰਦਾ ਸੀ ਦਾਲ ਹੁੰਦੀ ਸੀ ਤੇ ਵਾਦ ਤੋਂ ਬਾਅਦ ਸਬਜ਼ੀ ਲੇਕਿਨ ਅਸੀਂ ਜਿਹੜਾ ਨਗਰ ਕੀਰਤਨਾਂ ਨੂੰ ਪਿਕਨਿਕ ਸਪੌਟ ਬਣਾ ਦਿੱਤਾ ਹੈ ਜਗਾ ਜਗਾ ਕੋਈ ਨਿਊਟਰੀ ਕੁਲਚਾ ਕਰਦਾ ਕੋਈ ਟਿੱਕੀ ਕਰਦਾ ਕੋਈ ਗੁਰੂਗਲੇ ਕਰਦਾ ਕੋਈ ਕੁਝ ਕਰਦਾ ਆਪਸੇ ਕੰਪੀਟੀਸ਼ਨ ਹੋ ਗਿਆ ਹੈ ਔਰ ਉਸ ਤੋਂ ਬਾਅਦ ਜਿਹੜੇ ਡਿਸਪੋਜ਼ੇਬਲ ਪਲੇਟਸ ਸੜਕਾਂ ਦੇ ਉੱਤੇ ਅਸੀਂ ਖਿਲਾਰ ਦਿੰਨੇ ਆ ਉਹਦੇ ਨਾਲ ਸਾਡਾ ਇਮੇਜ ਕੋਈ ਵਧੀਆ ਨਹੀਂ ਜਾਂਦਾ ਲੋਕਾਂ ਦੇ ਵਿੱਚ ਵੀ ਸੰਗਤਾਂ ਦੇ ਵਿੱਚ ਵੀ ਤੇ ਸਮਾਜ ਦੇ ਵਿੱਚ ਵੀ ਮੇਰੀ ਬੇਨਤੀ ਏ ਕਿ ਆਪਾਂ ਲੰਗਰ ਦੇ ਜਿਹੜੇ ਸਟਾਲ ਲਗਾਣੇ ਆ ਘੱਟੋ ਘੱਟ 50000 ਦਾ ਲੱਖ ਰੁਪਏ ਦਾ ਖਰਚਾ ਆਉਂਦਾ ਹੈ ਇੱਕ ਉੱਤੇ ਐ ਹੀ ਅਸੀਂ ਕਿਸੇ ਬੱਚੇ ਨੂੰ ਐਜੂਕੇਸ਼ਨ ਦੇ ਦਿੰਨੇ ਆ ਫ੍ਰੀ ਉਹਦਾ ਪਰਿਵਾਰ ਹਮੇਸ਼ਾ ਤੇੜਾ ਹਮੇਸ਼ਾ ਤੁਹਾਨੂੰ ਅਸੀਸਾਂ ਦੇਗਾ ਔਰ ਉਹਦਾ ਇੱਕ ਜਿਹੜਾ ਉਹ ਬੰਦਾ ਸੈਲਫ ਡਿਪੈਂਡੈਂਟ ਹੋ ਜਾਏਗਾ ਔਰ ਉਹਦੀ ਤੁਸੀਂ ਲਾਈਫ ਬਣਾ ਦਿਓਗੇ ਉਹਦੀ ਜ਼ਿੰਦਗੀ ਬਣਾ ਦਿਓਗੇ ਸੋ ਦਾਨ ਅਕਲੀ ਕੀ ਜਿਹੜਾ ਦਾਨ ਹੈ ਨਾ ਉਹ ਗੁਰਬਾਣੀ ਚ ਵੀ ਜਿਹੜਾ ਆਂਦਾ ਹੈ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਿਹੜੀ ਸਿੱਖਿਆ ਦੇਣੀ ਹੈ ਨਾ ਤੁਸੀਂ ਕਿਸੇ ਨੂੰ ਸਭ ਤੋਂ ਉੱਤਮ ਦਾਨ ਹੈ ਇਸ ਕਰਕੇ ਮੈਂ ਜਿਹੜੀ ਇਹ ਮੈਂ ਸਾਰੇ ਜਿਹੜਾ ਜਿਹੜੇ ਵੀ ਮੇਰੇ ਦਰਸ਼ਕ ਜਿਹੜੇ ਆ ਦੇਖ ਰਹੇ ਨੇ ਉਹਨਾਂ ਦੇ ਮਾਧਿਅਮ ਨਾਲ ਸਰੋਤੇ ਜਿਹੜੇ ਨੇ ਉਹ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜਿਹੜਾ ਜਿਹੜਾ ਵਿਦਿਆ ਦਾ ਦਾਨ ਜਿਹੜਾ ਕਰੋ ਆਪਣਾ ਦਸਵੰਧ ਜਿਹੜਾ ਉਹ ਤੁਸੀਂ ਆਸ-ਪਾਸ ਦੇ ਸਕੂਲ ਦੇ ਬੱਚਿਆਂ ਦੀ ਐਜੂਕੇਸ਼ਨ ਤੇ ਲਗਾਓ ਗੁਰੂ ਘਰ ਦੀਆਂ ਜਿੱਥੇ ਤੁਹਾਨੂੰ ਖੁਸ਼ੀਆਂ ਵੀ ਮਿਲਣਗੀਆਂ ਉੱਥੇ ਤੁਸੀਂ ਇੱਕ ਬੜਾ ਚੰਗਾ ਕੰਮ ਕਰੋਗੇ ਤੁਹਾਡਾ ਆਪਣੀ ਜਿਹੜੀ ਹੈ ਸੈਲਫ ਜਿਹੜੀ ਹੈ ਤੁਹਾਨੂੰ ਬੜੀ ਇੱਕ ਆਪਸ ਵਿੱਚ ਹੋਏਗੀ ਵੀ ਮੈਂ ਕੋਈ ਚੰਗਾ ਕੰਮ ਕਰ ਰਿਹਾ ਸੋ ਆਪਾਂ ਬਹੁਤ ਕੁਝ ਕਰ ਲਿਆ ਲੇਕਿਨ ਹੁਣ ਅਸੀਂ ਜਿਹੜਾ ਨਾ ਬੱਚਿਆਂ ਨੂੰ ਵਿਦਿਆਦਾਨ ਜਿਹੜਾ ਹੈ ਉਹ ਦਈਏ ਜਾਂ ਮੈਡੀਕਲ ਕੋਈ ਸਹੂਲਤਾਂ ਵਾਲ ਕਿਸੇ ਦਾ ਧਿਆਨ ਹੋਵੇ ਤੇ ਉਹ ਦਿਓ ਭਾਵੇਂ ਇੱਕ ਬੱਚਾ ਪੜਾ ਦਿਓ ਤੁਹਾਡਾ ਜਰੂਰੀ ਨਹੀਂ ਕੋਈ ਅਸੀਂ ਕਹਿੰਨੇ ਆ ਵੀ ਸਾਡੇ ਸਕੂਲ ਵਿੱਚ ਦਿਓ ਤੁਹਾਡਾ ਕੋਈ ਵਾਕਫ ਹੋਵੇ ਜਿਹੜਾ ਵਿਚਾਰਾ ਨਹੀਂ ਅਫੋਰਡ ਕਰ ਸਕਦਾ ਤੁਸੀਂ ਭਾਵੇਂ ਇੱਕ ਬੱਚਾ ਹੋਵੇ ਦੋ ਹੋਵੇ ਉਹਨੂੰ ਐਜੂਕੇਸ਼ਨ ਦਿਓ ਨਹੀਂ ਦੇ ਸਕਦੇ ਤੁਸੀਂ ਐਡਾ ਤੁਸੀਂ ਉਹਨੂੰ ਸਕੂਲ ਦੀਆਂ ਡਰੈਸਾਂ ਕੋਈ ਕਿਤਾਬਾਂ ਹੀ ਦਿਓ ਸੋ ਇਸ ਤਰ੍ਹਾਂ ਦੇ ਕੰਮ ਕਰੀਏ ਉਹਦੇ ਨਾਲ ਹੀ ਸਾਡੇ ਸਮਾਜ ਅੱਗੇ ਵਧੇਗਾ ਔਰ ਜਿਹੜਾ ਪੰਜਾਬ ਦਾ ਖੁਸ਼ਹਾਲ ਹੋਏਗਾ ਔਰ ਸਭ ਵਧੀਆ ਹੋਏਗਾ ਮੈਂ ਇੱਕ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਇਹ ਜਿਹੜਾ ਕਵਰ ਸਤਨਾਮ ਸਿੰਘ ਖਾਲਸਾ ਸਕੂਲ ਹੈ ਇਹ ਤੁਹਾਡੇ ਬੱਚਿਆਂ ਦਾ ਭਵਿੱਖ ਵੀ ਜਿਹੜਾ ਬਣਾਏਗਾ ਔਰ ਐਂ ਦੇ ਵਾਸਤੇ ਤੁਸੀਂ ਵੱਧ ਤੋਂ ਵੱਧ ਸਾਥ ਦਿਓ ਔਰ ਜਿਵੇਂ ਨਾ ਮੈਂ ਤੁਹਾਨੂੰ ਦੱਸਿਆ ਸੋਨੇ ਦੀ ਗੱਲ ਕਹੀਏ ਅਸੀਂ ਸੋਨਾ ਨਹੀਂ ਸੋਨੇ ਵਰਗੇ ਗੁਰਸਿੱਖ ਤਿਆਰ ਕਰੀਏ ਉਹ ਤਾਂ ਕਿ ਜਿਹੜੀ ਇਹ ਸਮਾਜ ਦੀ ਦੇਸ਼ ਦੀ ਔਰ ਆਪਣੇ ਧਰਮ ਦੀ ਸੇਵਾ ਕਰ ਸਕਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ